ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਵੱਖ ਵੱਖ ਚੋਰੀਆਂ ਦੇ ਮਾਮਲਿਆਂ ਹੱਲ ਕਰਦੇ ਹੋਏ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਵਿੱਚੋਂ ਕੁਝ ਹਜੇ ਵੀ ਫਰਾਰ ਹਨ। ਪੁਲਿਸ ਨੇ ਇਹਨਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਤੇ ਮੋਬਾਈਲ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਨਾਲ ਬਰੀਕੀ ਤੋਂ ਜਾਂਚ ਕੀਤੀ ਜਾਵੇਗੀ। ਇਹ ਕਾਫੀ ਦਿਨਾਂ ਤੋਂ ਪਿਛਲੇ ਦਿਨੀ ਜਿਹੜਾ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਸੀ, ਜਿਹਦੇ ਤੇ ਕਾਰਵਾਈ ਕਰਦੇ ਹੋਏ ASI ਸੁਖਵਿੰਦਰ ਸਿੰਘ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ 'ਚ ਇੱਕ ਵਿਅਕਤੀ ਜਿਹੜਾ ਹੈਗਾ ਭਗੌੜਾ। ਇਸੇ ਤਰ੍ਹਾਂ ਕਾਰਵਾਈ ਕਰਦੇ ਹੋਏ ASI ਨਾਜਰ ਸਿੰਘ ਨੇ 3 ਵਿਅਕਤੀ ਗ੍ਰਿਫਤਾਰ ਕੀਤੇ ਹੈ ਤੇ ਬਾਕੀ ਜਿਹੜੇ ਹੈਗੇ ਆ 2 ਵਿਅਕਤੀ ਜਿਹੜੇ ਹੈਗੇ ਆ ਭਗੌੜੇ ਆ। ਤੇ ਇਸੇ ਤਰ੍ਹਾਂ ਕਾਰਵਾਈ ਕਰਦੇ ਹੋਏ ASI ਬਲਵਿੰਦਰ ਸਿੰਘ ਨੇ 3 ਵਿਅਕਤੀ ਅਰੈਸਟ ਕੀਤੇ ਹੈਗੇ ਆ ਅਤੇ ਬਾਕੀ ਜਿਹੜੇ ਹੈਗੇ ਆ 2 ਵਿਅਕਤੀ ਇਹਨਾਂ ਦੇ ਜਿਹੜੇ ਹੈਗੇ ਬਾਕੀ ਭੱਜੇ ਹੋਏ ਹੈਗੇ ਆ। ਇਹਦੇ ਵਿੱਚ ਜਿਹੜਾ ਹੈਗਾ ਅਸੀਂ ਕਾਰਵਾਈ ਕਰਦੇ ਹੋਏ ASI ਸੁਖਵਿੰਦਰ ਸਿੰਘ ਨੇ 2 ਮੋਟਰਸਾਈਕਲ ਜਿਹੜੇ ਪਟਿਆਲੇ ਤੋਂ ਚੋਰੀ ਹੋਏ ਸੀਗੇ ਉਹ ਰਿਕਵਰ ਕਰਾਏ ਆ। ASI ਨਾਜਰ ਸਿੰਘ ਨੇ 2 ਮੋਬਾਈਲ ਫੋਨ ਜਿਹੜੇ ਹੈਗੇ ਆ ਉਹ ਜਿਹੜੇ ਇਹਨਾਂ ਨੇ ਖੋਏ ਸੀਗੇ ਉਹ ਰਿਕਵਰ ਕਰਾਏ ਹੈਗੇ ਆ ਅਤੇ ਬਾਕੀ ਇਹਨਾਂ ਦੀ ਅਗਲੀ ਜਿਹੜੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਆ, ਉਹਦੇ 'ਤੇ ਜੋ ਵੀ ਬਰਾਮਦਗੀਆਂ ਹੋਣਗੀਆਂ ਉਹ ਫਿਰ ਦੇਖਾਂਗੇ। ਮੁਕੱਦਮਾ ਤੋਰੀ ਦਵਿੰਦਰ ਖੀਪਲ ਦੀ ਰਿਪੋਰਟ, ਚੈਨਲ 2।